ਉਹ ਕਹਿੰਦੇ ਅੱਗ ਬਣਦੀ ਹੈ ਰੋਟੀਆਂ ਪਕਾ ਕੇ ਤੇ ਬੰਦਾ ਬਣਦਾ ਧੱਕੇ ਖਾ ਕੇ। ਹਏ ਹਏ ਬਾਈ ਹੁਣੀ ਸਵੇਰੇ ਮੇਰੇ ਕੋਲ ਪਹੁੰਚਿਆ, ਮੰਡੀ ਸਾਰਾ ਮਾਹੌਲ ਦੇਖਿਆ, ਮਜ਼ਾ ਆਇਆ ਬਹੁਤ। ਇਹਨਾਂ ਨੇ ਮੇਰਾ ਬੜਾ ਮਾਣ ਵਧਾਇਆ, ਮੇਰੀ ਇੱਜ਼ਤ ਵਧਾਈ, ਮੇਰੇ ਕੋਲ ਆਏ, ਮੇਰੇ ਘਰ 'ਚ ਚੱਲ ਕੇ ਮੇਰੀ ਮੰਡੀ ਦੇ ਵਿੱਚ। ਬਾਪੂ ਦਾ ਵੀ ਸੀਨਾ ਚੌੜਾ ਹੋ ਗਿਆ ਬਾਈ, ਸਦੀਆਂ ਤੋਂ ਉਸ ਮੰਡੀ ਦੇ ਵਿੱਚ ਹੁੰਦੇ ਆ। ਜਿੰਨੀ ਅੱਜ ਖੁਸ਼ੀ ਮੈਂ ਬਾਪੂ ਦੇ ਚਿਹਰੇ ਤੇ ਦੇਖੀ ਆ, ਮੈਂ ਪਹਿਲਾਂ ਨਹੀਂ ਦੇਖੀ। ਅੱਛਾ ਜੀ, ਇੱਕ ਅੱਲਾਹ ਤਾਲਾ ਨੇ ਬਾਈ ਬਾਪੂ ਨੂੰ ਖੁਸ਼ੀ ਦਿੱਤੀ, ਮੈਂ ਇਸ ਖੁਸ਼ੀ ਨਾਲ ਦੇਣ ਦਾ ਜ਼ਰੀਆ ਬਣਿਆ, ਇਹਨਾਂ ਦਾ ਜ਼ਰੀਆ ਬਣਿਆ। ਇਹ ਮੇਰੀ ਇਸ ਖੁਸ਼ੀ ਦਾ ਜ਼ਰੀਆ, ਇਹ ਮੇਰੇ ਵੀਰ ਬਣੇ ਜਿਹੜੇ ਆਏ ਬੈਠੇ ਆ ਸਮੁੰਦਰੋਂ ਪਾਰ ਚੱਲ ਕੇ ਮੇਰੇ ਕੋਲੇ, ਤੇ ਇਹਨਾਂ ਦਾ ਧੰਨਵਾਦ ਆ। ਧੰਨਵਾਦ ਹੀ ਕਹਿੰਦੇ ਹੁੰਦੇ ਨਾ ਜੀ, ਧੰਨਵਾਦ ਇਹਨਾਂ ਦਾ, ਸ਼ੁਕਰੀਆ ਵੀਰਾਂ ਦਾ, ਮੇਰਿਆਂ ਦਾ। ਅੱਲਾਹ ਦਾ ਸ਼ੁਕਰ ਹੈ ਜੀ ਜਿਹਨੇ ਸਮਾਂ ਸਾਨੂੰ ਵੀ ਬਖਸ਼ਿਆ, ਆਪਦੇ ਕੰਮਾਂ ਕਰਨ ਨੂੰ ਟਾਈਮ ਬਖਸ਼ਿਆ। ਬਿਲਕੁਲ ਬਿਲਕੁਲ, ਇਹ ਟਾਈਮ ਹੈ ਯਾਰ, ਅੱਜ ਕੱਲ੍ਹ ਸਾਰੀ ਗੇਮ ਟਾਈਮ ਦੀ ਆ, ਕਿਸੇ ਕੋਲ ਇੱਕ ਮਿੰਟ ਦਾ ਟਾਈਮ ਹੈ ਨਹੀਂ ਗਾ। ਅੱਜ ਦੇ ਦੌਰ 'ਚ ਵੀ ਬਾਈ ਲੋਕੀ ਉੱਥੇ ਦੂਰ ਪਾਰ ਬੈਠ ਕੇ ਸਾਨੂੰ ਦੇਖਦੇ ਆ ਪੰਜ ਪੰਜ ਦਸ ਦਸ ਮਿੰਟ ਦੀ, ਅਤੇ ਕਈ ਵੀਰਾਂ ਦੀ ਇੰਨੀ ਚੜ੍ਹਾਈ ਆ, ਇੰਨੀ ਚੱਕਵੀ ਮੁਹੱਬਤ ਆ ਕਿ ਅੱਜ ਮੇਰੇ ਨਾਲ ਆ ਕੇ ਬੈਠੇ ਮੇਰੇ ਸੁਲਤਾਨ ਫਾਰਮ 'ਚ ਬੈਠੇ ਬਾਈ। ਹੁਣ ਬਿਜ਼ੀ ਲਾਈਫ ਆ ਨਾ, ਉਹਦੇ ਵਿੱਚ ਇੱਕ ਇਹ ਆ ਹਾਂਜੀ ਵੀ ਬੰਦਾ ਰੋਜ਼ੀ ਰੋਟੀ ਲਈ ਭੱਜਦਾ, ਬਿਲਕੁਲ ਉਹਦੇ ਕਰਕੇ ਬਿਜ਼ੀ ਹੋ ਗਈ ਲਾਈਫ ਉਹਦੀ। ਹਾਂ ਇਹ ਵੀ ਆ, ਅੱਲਾ ਨੇ ਬਣਾਈ ਹੈ, ਦੁਨੀਆ ਬਣਾਈ ਹੈ, ਵਾਹਿਗੁਰੂ ਆਰਾਮ ਰਹੀਮ ਨੇ ਸਾਰੀ ਦੁਨੀਆ ਬਣਾਈ ਆ। ਹਾਂਜੀ ਉਹ ਕਹਿੰਦਾ ਦੁਨੀਆ ਵੀ ਦੇਖ, ਬੰਦਾ ਸ਼ਿਕਵਾ ਕਰਦਾ ਮੈਂ ਤਾਂ ਬਿਜ਼ੀ ਹਾਂ, ਉਹ ਕਹਿੰਦਾ ਤੇਰਾ ਕਾਰੋਬਾਰ ਮੈਂ ਸਾਂਭੂਗਾ, ਮੈਂ ਰੱਖੂੰਗਾ ਧਿਆਨ ਇਹਦਾ ਤੇ ਤੂੰ ਜਾ, ਛੁੱਟੀਆਂ ਦੇ ਦਿੰਦਾ। ਕੀ ਬਾਤ, ਉਹ ਛੁੱਟੀਆਂ ਉਹਦੇ ਸਿਰ ਤੇ ਛੱਡ ਕੇ ਆਏ, ਛੁੱਟੀਆਂ ਮਿਲੀਆਂ ਸਾਨੂੰ ਉਹਦੇ ਵੱਲੋਂ। ਉਹਨੂੰ ਗੱਲ ਸੁਣਾਉਣਾ, ਕੱਲ੍ਹ ਸ਼ਾਹੀ ਕਿਤੇ ਜਾ ਕੇ ਆਏ ਹਾਂ, ਉੱਥੇ ਅਸੀਂ ਦੇਖੇ ਲੋਕਾਂ ਨੂੰ ਫਿਰਦਿਆਂ ਨੂੰ, ਉੱਥੇ ਕਿੰਨੀ ਬਾਦਸ਼ਾਹਤ ਹੋ ਕੇ ਤੁਰ ਗਈ ਆ, ਕਿੰਨੇ ਹੁਕਮ ਉੱਥੋਂ ਤੁਰ ਗਏ ਹਦੂ, ਅੱਜ ਉਹਨਾਂ ਦਾ ਨਿਸ਼ਾਨ ਵੀ ਨਹੀਂ ਗਾ, ਖੰਡਰ ਬਣ ਗਏ ਨਾ, ਬਣ ਗਏ। ਇੱਦਾਂ ਨਹੀਂ, ਮੈਂ ਤੁਹਾਨੂੰ ਸੱਚਾ ਵਾਕਿਆ ਸੁਣਾਉਣਾ। ਅੱਛਾ ਜੀ, ਇੱਕ ਕਿਤਾਬ ਹੈਗੀ ਹੈ, ਲੱਗ ਗਿਆ ਥੋੜ੍ਹਾ ਜਿਹਾ ਉਰਦੂ ਦੀ ਕਿਤਾਬ ਆ, ਹੁਣ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਹੈ, ਕਿਤਾਬ ਦਾ ਨਾਂ ਬੇਗਮਾਤ ਦੇ ਹੰਝੂ, ਪੰਜਾਬੀ 'ਚ ਕਹੀਏ ਬੇਗਮਾਂ ਦੇ ਹੰਝੂ, ਹੰਝੂ ਜਦੋਂ ਬੇਗਮਾਂ ਦੇ ਹੰਝੂ, ਹਾਂਜੀ ਉਰਦੂ 'ਚ ਬੇਗਮਾਤ ਦੇ ਹੰਝੂ। ਅੱਛਾ, ਜਦੋਂ ਦੇਸ਼ ਨੂੰ ਪੂਰੇ ਹਿੰਦੁਸਤਾਨ ਨੂੰ ਅੰਗਰੇਜ਼ਾਂ ਨੇ ਆਪਦੇ ਕਬਜ਼ੇ 'ਚ ਕਰ ਲਿਆ ਹੌਲੀ ਹੌਲੀ ਕਰਕੇ, ਇੱਕ ਇੱਕ ਕਰਕੇ, ਉਸ ਤੋਂ ਪਹਿਲਾਂ ਰਿਆਸਤਾਂ ਸੀਗੀਆਂ, ਰਿਆਸਤਾਂ ਦੇ ਰਾਜੇ ਸੀ, ਵੱਖ ਵੱਖ ਰਿਆਸਤਾਂ ਸੀਗੀਆਂ। ਅੱਛਾ ਜੀ, ਜਿਵੇਂ ਬਹਾਵਲਪੁਰ ਰਿਆਸਤ ਸੀ, ਫਰੀਦਕੋਟ ਸੀ, ਸੰਗਰੂਰ ਸੀ, ਪਟਿਆਲਾ ਸੀ, ਕਪੂਰਥਲਾ ਸੀ, ਇੱਦਾਂ ਰਿਆਸਤਾਂ 'ਚ ਵੰਡਿਆ ਸੀ ਪੂਰਾ ਪੰਜਾਬ ਦੋਨੇ, ਜਦੋਂ ਉਹਨੇ ਪੂਰਾ ਰਾਜ ਆਪਣੇ ਕਬਜ਼ੇ 'ਚ ਕਰ ਲਿਆ ਅਤੇ ਬਾਦਸ਼ਾਹ ਬਹੁਤੇ ਮਰ ਗਏ, ਭੱਜ ਗਏ, ਇੱਧਰ ਉੱਧਰ ਪਰਿਵਾਰ ਖਿੰਡ ਗਏ, ਫਿਰ ਬਾਦਸ਼ਾਹ ਨੇ ਸੋਚਿਆ, ਅੰਗਰੇਜ਼ਾਂ ਨੇ ਸੋਚਿਆ, ਉਹਨਾਂ ਨੇ ਸਲਾਹ ਕਰਨ ਦੱਸਿਆ ਕਿ ਤੁਸੀਂ ਨਾ ਕੋਈ ਇੱਦਾਂ ਕਰੋ, ਹੁਣ ਵੀ ਲੋਕਾਂ ਨੂੰ ਬਗਾਵਤ ਨਾ ਕਰ ਦੇਣ, ਤੁਸੀਂ ਇੱਕ ਡਿਨਰ ਪਾਰਟੀ ਰੱਖੋ। ਅੱਛਾ, ਸ਼ਾਹੀ ਕਿਲੇ ਲਾਹੌਰ ਦੇ ਵਿੱਚ ਡਿਨਰ ਪਾਰਟੀ ਰੱਖ ਕੇ ਰਾਜਿਆਂ ਨੇ ਜੋ ਬੱਚਿਆ ਖੁੱਚਿਆ ਪਰਿਵਾਰ ਆ ਉਹਨਾਂ ਨੂੰ ਆਪਣੇ ਨਾਲ ਐਗਰੀ ਕਰਨ ਵਾਸਤੇ ਬੁਲਾਓ, ਉਹਨਾਂ ਨੂੰ ਕੱਲ੍ਹ ਨੂੰ ਸ਼ਾਮਿਲ ਕਰਨ ਲਈ ਵਿੱਚ, ਉਹਨਾਂ ਦਾ ਠੰਡਾ ਕਰੋ ਗੁੱਸਾ, ਅਤੇ ਉਹਨਾਂ ਨੂੰ ਬੁਲਾਓ ਆਪਣੇ ਵਿੱਚ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸ਼ਾਹੀ ਭੋਜ 'ਤੇ ਬੁਲਾਓ। ਸ਼ਾਹੀ ਭੋਜ ਬਣਾਇਆ ਗਿਆ, ਉਹਦੇ ਕਾਰਡ ਛਪਾਏ ਗਏ। ਅੱਛਾ, ਫਿਰ ਨਾਲ ਦਿੱਤੇ ਗਏ ਦੋ ਭਾਸ਼ੀਏ ਜਿਹਨਾਂ ਨੂੰ ਆਪਾਂ ਕਹਿੰਦੇ ਟਰਾਂਸਲੇਟਰ, ਉਹ ਨਾਲ ਗਏ ਅਤੇ ਅੰਗਰੇਜ਼ ਗਏ ਘਰ ਘਰ ਉਹਨਾਂ ਦੇ ਜਿਹੜੇ ਲੱਭ ਲੱਭ ਕੇ ਉਹਨਾਂ ਨੂੰ ਦੇ ਕੇ ਆਏ, ਇਨਵੀਟੇਸ਼ਨ ਕਾਰਡ ਦੇ ਕੇ ਆਏ, ਸਾਰਿਆਂ ਨੂੰ ਕਾਰਡ ਦੇ ਦਿੱਤੇ, ਕਹਿੰਦੇ ਵੀ ਸਾਰਿਆਂ ਨੂੰ ਕਾਰਡ ਪਹੁੰਚ ਗਏ, ਉਹ ਕਹਿੰਦੇ ਹਾਂਜੀ ਪਹੁੰਚ ਗਏ। ਉਹ ਕਹਿੰਦੇ ਵੀ ਇੱਕ ਮਾਈ ਰਹਿ ਗਈ, ਉਹ ਕਿਸੇ ਬਾਦਸ਼ਾਹ ਦੀ ਪਰਿਵਾਰ ਦਾ ਜੀ ਆ। ਅੱਛਾ, ਇੱਕ ਸ਼ਹਿਜ਼ਾਦੀ ਆ, ਬੁੱਢੀ ਮਾਈ ਆ, ਉਹ ਰਹਿੰਦੀ ਹੈ ਅਤੇ ਉਹ ਕਹਿੰਦੇ ਟੀਨ ਦਾ ਘਰ ਪਾਇਆ, ਪੁਰਾਣਾ ਟੁੱਟਿਆ, ਝੁੱਗੀ 'ਚ ਰਹਿੰਦੀ ਹੈ, ਉਹਦੇ ਕੋਲ ਜਾਇਆ। ਉਹ ਕਹਿੰਦੇ ਠੀਕ ਆ ਵੀ, ਉਹਦੇ ਕੋਲ ਪਹੁੰਚ ਗਿਆ ਅੰਗਰੇਜ਼, ਉਹਨੂੰ ਕਿਹਾ ਵੀ ਤੂੰ ਆਉਣਾ ਇੱਥੇ, ਉਹ ਕਹਿੰਦੀ ਮੈਂ ਨਹੀਂ ਆਉਣਾ। ਅੱਛਾ, ਉਹ ਕਹਿੰਦੇ ਕਿਉਂ ਨਹੀਂ ਆਉਣਾ ਤੂੰ, 15-20 ਸਾਲ ਇੱਥੇ ਰਹੀ, ਉਹਨੂੰ ਕੋਈ ਕਾਰਡ ਲੈ ਕੇ ਪਹੁੰਚ ਗਏ, ਕਾਰਡ ਲੈ ਕੇ ਪਹੁੰਚ ਗਏ, ਉਹਨੇ ਮਨਾ ਕਰਤਾ, ਉਹ ਕਹਿੰਦੀ ਮੈਂ ਨਹੀਂ ਆਉਣਾ। ਅੱਛਾ, ਉਹ ਕਹਿੰਦੀ ਤੂੰ ਕਿਉਂ ਨਹੀਂ ਆਉਣਾ ਵੀ 15-20 ਸਾਲ ਤੂੰ ਉੱਥੇ ਰਹੇ ਆ, ਕਿਲੇ 'ਚ ਗੁਜ਼ਾਰੇ ਆ, ਤੇਰਾ ਕਿਲੇ ਨਾਲ ਮੋਹ ਆ, ਰਾਜ ਕਿਰਿਆ ਤੁਹਾਡਾ, ਕਦ ਨਹੀਂ ਆਉਣਾ। ਹਾਂ, ਉਹ ਕਹਿੰਦੇ ਆਉਣਾ ਕਦੋਂ ਨਹੀਂ ਤੂੰ, ਉਹ ਕਹਿੰਦੀ ਗੱਲ ਇਹ ਹੈ ਵੀ ਜਦੋਂ ਮੈਂ ਕਿਲੇ 'ਚ ਰਹਿੰਦੀ ਸੀ ਨਾ, ਮੈਨੂੰ ਇਹ ਲੱਗਦਾ ਸੀ ਵੀ ਇਹ ਕਿਲਾ ਮੇਰਾ, ਅਤੇ ਹੁਣ ਇਹੀ ਵਹਿਮ ਅੰਗਰੇਜ਼ ਨੂੰ ਹੋ ਗਿਆ। ਹਾਏ, ਬੰਦੇ ਦਾ ਕੁਛ ਨਹੀਂ ਤਾਂ ਮਤਲਬ ਕਹਿੰਦਾ ਭਾਵ ਆ, ਉਹ ਬਾਦਸ਼ਾਹ ਉਹਦਾ ਹੋ ਗਈ ਗੱਲ, ਉਹੀ ਨਾ ਉਹ ਅੱਜ ਕੱਲ੍ਹ ਉਹਨਾਂ ਦੇ ਜ਼ਿਹਨ 'ਚ ਬਣ ਗਈ, ਉਹ ਮਾਲਕ ਬਣ ਗਏ, ਪਹਿਲਾਂ ਕੋਈ ਹੋਰ ਮਾਲਕ ਸੀ, ਇਹ ਲੱਗਦਾ ਵੀ ਉਹ ਹੁਣ ਮਾਲਕ ਬਣ ਗਿਆ ਕਿਲੇ ਦਾ, ਪਰ ਜਦੋਂ ਮੈਂ ਰਹਿੰਦੀ ਸੀ ਆਹੀ ਵਹਿਮ ਮੈਨੂੰ ਸੀ ਜਿਹੜਾ ਅੰਗਰੇਜ਼ਾਂ ਨੂੰ, ਉਦੋਂ ਮੈਂ ਮਾਲਕ ਸੀ, ਹੁਣ ਰਿਹਾ ਅੰਗਰੇਜ਼ ਵੀ ਨਹੀਂ, ਗੱਲ ਬਾਈ ਨੇ ਐਂਡ ਤੇ ਹੋਰ ਗੱਲ ਦੱਸਤੀ ਵੀ ਹੁਣ ਰਿਹਾ ਅੰਗਰੇਜ਼ ਵੀ ਨਹੀਂ, ਉਹ ਤਾਂ ਮਾਈ ਦੱਸ ਕਿਲਾ ਕੱਲਾ ਹੀ ਪਿਆ ਵਿਹਲਾ, ਆ ਬਾਈ ਹੁਣੀ ਫਿਰ ਕਿਹਾ ਕੱਲ ਇਹਨਾਂ ਦਾ ਸੀਗਾ, ਕੱਲ ਹੋਰ ਕੋਈ ਆਉਣਗੇ ਉਹਨਾਂ ਦਾ ਹੋਊਗਾ, ਮੈਂ ਜਾਊਂਗਾ ਮੇਰਾ ਹੋਊਗਾ,
ਦੇਖਣ ਵਾਲੀ ਦੁਨੀਆ ਦਾ ਰਹਿ ਗਿਆ, ਇਬਰਤ ਦਾ ਨਿਸ਼ਾਨ ਬਣ ਕੇ ਰਹਿ ਗਿਆ ਇਬਰਤ ਦਾ। ਹੁਣ ਕੱਲੀਆਂ ਇੱਟਾਂ ਬਾਈ ਜੀ ਉਹ ਵੀ ਖੁਰੀ ਜਾਂਦੀਆਂ। ਇੱਕ ਕਿਲੇ ਦਾ ਗੱਲ ਨਹੀਂ, ਬਹੁਤ ਸਾਰੇ ਕਿਲਿਆਂ ਦੀ ਗੱਲ ਹੈ। ਜਿੰਨੇ ਵੀ ਯਾਰ ਰਾਠ ਰਹਿ ਗਏ ਦੁਨੀਆ 'ਚ ਵਕਤ ਗੁਜ਼ਾਰ ਗਏ, ਬਾਦਸ਼ਾਹੀ ਲੈਵਲ ਨਾਲ ਸ਼ਹਿਨਸ਼ਾਹੀ ਲੈਵਲ ਨਾਲ ਗੁਜ਼ਾਰ ਗਏ ਆ, ਜਿਹੜੇ ਮਹਿਲਾਂ 'ਚ ਵਿੱਚ ਬਹਿੰਦੇ ਸੀਗੇ, ਆਪਣਾ ਵੱਡੀਆਂ ਵੱਡੀਆਂ ਸਟੇਜਾਂ 'ਤੇ ਬਹਿੰਦੇ ਸੀਗੇ, ਉੱਥੇ ਅੱਜ ਕੱਲ੍ਹ ਗੁੱਜਰਾਂ ਨੇ ਡੰਗਰ ਬੰਨੇ ਹੋਏ ਆ। ਹਾਂਜੀ, ਇਹ ਵੀ ਇੱਕ ਹਕੀਕਤ ਆ ਬੜੀ ਤਲਖ। ਸਾਡੇ ਇੱਥੇ ਬੜੇ ਬੜੇ ਐਸੇ ਵੱਡੇ ਮਹਿਲ ਪਏ ਆ ਜਿੱਥੇ ਅੱਜ ਦੀ ਤਰੀਕ 'ਚ ਅੱਜ ਬੈਡਰੂਮਾਂ ਦੇ ਗੁੱਜਰਾਂ ਨੇ ਉੱਥੇ ਡੰਗਰ ਬੰਨੇ ਹੋਏ ਆ, ਜਿੱਥੇ ਹਵੇਲੀਆਂ ਉਹ ਆਪਣਾ ਬੜੇ ਬੜੇ ਰਾਠ ਬਹਿ ਕੇ ਗਏ, ਆਪਣੇ ਆਪ ਨੂੰ ਥੱਲੇ 40-40 ਮੁਲਾਜ਼ਮ ਹੁੰਦੇ ਸੀ ਜਿਹਨਾਂ ਦੇ, ਉਹਨਾਂ ਦੀਆਂ ਅੱਜ ਜਿੱਥੇ ਬੈਠਕਾਂ ਹੁੰਦੀਆਂ ਸੀ ਉਸ ਜਗ੍ਹਾ 'ਤੇ ਡੰਗਰ ਬੰਨੇ ਗੁੱਜਰਾਂ ਨੇ। ਇਸ ਤਰ੍ਹਾਂ ਵਕਤ ਹੁੰਦਾ, ਸਮਾਂ ਬੜਾ ਬਲਵਾਨ, ਇਹ ਆਪਦੀ ਵਕਤ ਚਾਲ ਚੱਲਦਾ ਰਹਿੰਦਾ। ਬਿਲਕੁਲ ਬਿਲਕੁਲ, ਚੱਕੀ ਚੱਲਦੀ ਹੈ, ਸਮੇਂ ਦਾਣੇ ਪਿਸੀ ਜਾਂਦੇ, ਖੇਤੀ ਪਹਿਲਾਂ ਵਾਰੀ ਆਈ ਮਗਰ ਵਕਤ ਬਾਈ ਜੀ ਲੰਘ ਹੀ ਜਾਣਾ ਆਈ ਜਾਂਦੇ ਦਾਣੇ ਵਾਰੀ। ਠੀਕ ਹੈ ਜੀ, ਇਹ ਚਾਚਾ ਜੀ ਨਾ ਜੀ ਜਿਹੜੇ ਇਹ ਮੇਰੇ ਆਈਡੀਅਲ ਵੀ ਆ। ਠੀਕ ਹੈ, ਇਹ ਦੇਖੋ ਜੀ, ਮੈਂ ਬੇਸ਼ੱਕ ਫੈਸਲਾਬਾਦ ਤੱਕ ਪੜ੍ਹਿਆ ਹਾਂ, ਜੀ ਸੀ ਯੂਨੀਵਰਸਿਟੀ ਤੱਕ ਪੜ੍ਹਿਆ ਹਾਂ, ਮੈਂ ਆਪਣੀ ਉਸ ਲਾਈਫ ਨੂੰ ਜਾਂ ਉਸ ਕਾਬਲੀਅਤ ਨੂੰ ਮੈਂ ਕੁਛ ਨਹੀਂ ਸਮਝਦਾ। ਹਾਂਜੀ, ਜੋ ਮੈਨੂੰ ਇਹ ਦੱਸ ਦਿੰਦੇ ਆ ਨਾ ਜੀ, ਉਹ ਮੇਰੇ 12-13 ਸਾਲਾਂ ਦੀ ਪੜ੍ਹਾਈ ਨਾਲੋਂ ਬਾਈ ਕੀਮਤੀ ਪ੍ਰੈਕਟੀਕਲ ਆ, ਉਹਨਾਂ ਦੀ ਸਾਰੀ ਜ਼ਿੰਦਗੀ ਇਹਨਾਂ ਦੀ ਪ੍ਰੈਕਟੀਕਲ ਆ, ਇਹਨਾਂ ਦੀ ਲਾਈਫ ਆ। ਜੋ ਇਹਨਾਂ ਨੇ ਗੱਲ ਦੱਸਣੀ ਆ, ਮੈਂ 100 ਗੱਲਾਂ ਸੁਣ ਕੇ ਆ ਕੇ ਇੱਕ ਅਮਲ ਕਰਨਾ, ਇੱਕ ਗੱਲ ਇਹਨਾਂ ਦੀ ਸੁਣ ਕੇ ਡਾਇਰੈਕਟ ਮੈਂ ਉੱਤੋਂ ਦੀ ਉਸ ਅਮਲ 'ਤੇ ਆ ਜਾਂਦਾ। ਤੇ ਕਿੰਨਾ ਫਾਇਦਾ ਬਾਈ ਸ਼ਾਰਟਕੱਟ ਦਾ, ਇਹ ਮਤਲਬ ਕਿ ਆਪਣੇ ਬਜ਼ੁਰਗਾਂ ਦੀਆਂ ਸੁਣੋ, ਉਹਨਾਂ ਦੇ ਕੋਲੋਂ ਮਸ਼ਵਰੇ ਲਓ, ਨਾ ਕਿ ਨਵੇਂ ਨਵੇਂ ਟੀਚਰਾਂ ਕੋਲ ਨਵੇਂ ਨਵੇਂ ਤਰੀਕਿਆਂ ਨਾਲ ਆਪਣੀ ਜ਼ਿੰਦਗੀ ਨੂੰ ਨਾਜ਼ਮ। ਦੇਖੋ, ਦੋ ਤਰੀਕੇ ਨੇ ਹਾਂਜੀ ਮਸ਼ਵਰੇ ਲੈਣ ਦੇ। ਹਾਂਜੀ, ਮਸ਼ਵਰਾ ਉਹ ਬੰਦਾ ਲੈਂਦਾ ਜਿਹਦੇ ਕੋਲ ਜਿਹਨੂੰ ਲੋੜ ਆ ਮਸ਼ਵਰੇ ਦੀ, ਦੂਜਾ ਤਾਂ ਲੈਂਦਾ ਨਹੀਂ ਨਾ। ਲੈਂਦਾ ਨਹੀਂ। ਉਸੇ ਤਰ੍ਹਾਂ ਜੇ ਕੋਈ ਬੰਦਾ ਡੁੱਬ ਰਿਹਾ ਪਾਣੀ ਦੇ ਵਿੱਚ, ਆਸਰਾ ਨੂੰ ਚਾਹੀਦਾ, ਹਾਂਜੀ ਉਹ ਆਵਾਜ਼ਾਂ ਮਾਰੂਗਾ। ਆਸਰਾ ਨੂੰ ਬਾਹਰ ਖੜਾ ਬੰਦਾ ਜਾਂ ਜਿਹਨੂੰ ਤੈਰਨਾ ਹੁੰਦਾ ਉਹ ਹੀ ਦੇ ਸਕਦਾ, ਦੇ ਸਕਦਾ। ਜੇ ਅਸੀਂ ਦੋ ਬੰਦੇ ਡੁੱਬ ਰਹੇ ਹਾਂ, ਮੈਂ ਵੀ ਨਾਲ ਡੁੱਬ ਰਿਹਾ, ਤੂੰ ਮੈਥੋਂ ਝਾਕ ਨਾ ਕਰ, ਮੈਂ ਵੀ ਉਸੇ ਮੁਸੀਬਤ 'ਚ ਜਿਹੜੀ 'ਚ ਤੂੰ ਹਾਂ। ਆਸਰਾ ਆਪਾਂ ਨੂੰ ਉਹ ਹੀ ਦੇ ਸਕਦਾ ਜਿਹੜਾ ਬਾਹਰ ਪੱਤਣ 'ਤੇ ਖੜਾ, ਪੱਤਣ 'ਤੇ ਖੜਾ। ਠੀਕ ਹੈ, ਜਿਹੜਾ ਤਾਰੂਆ ਤਾਰੂਆ ਦੂਜੇ ਬੰਦੇ ਤੋਂ ਐਵੇਂ ਟਾਈਮ ਨਾ ਉਹਦਾ ਵਿਸ਼ ਕਰੋ, ਨਾ ਆਪਣਾ ਖਰਾਬ ਕਰੋ, ਤੇ ਨਾ ਵੀ ਉਸੇ ਮੁਸ਼ਕਲ 'ਚ ਜਿਹੜੀ 'ਚ ਤੁਸੀਂ ਹਾਂ। ਅਤੇ ਸਾਡੀ ਸਟੱਡੀ ਦੇ ਵਿੱਚ ਵੀ ਅੱਜ ਕੱਲ੍ਹ ਭਾਈ ਇਹੀ ਚੱਲਦਾ ਪਿਆ। ਸਟੱਡੀ ਦੇ ਵਿੱਚ ਮੇਰੇ ਦੇਖਣ ਦੇ ਵਿੱਚ ਜਿਹੜਾ ਅਸੀਂ 7-8 ਸਾਲ ਪੜ੍ਹ ਕੇ ਆਏ ਹਾਂ, ਸਵਾਏ ਇੱਕ ਗਿਣਤੀ 'ਚੋਂ ਗਿਣਤੀ ਜਿਹਦੇ ਵਿੱਚ ਜਿਹਦਾ ਅੱਜ ਸਾਨੂੰ ਫਾਇਦਾ ਹੋ ਰਿਹਾ ਹਿਸਾਬ ਕਿਤਾਬ 'ਚ, ਮਾਲ ਕਿਤਾਬਾਂ ਬਣਾਉਣ 'ਚ। ਇਸ ਤੋਂ ਇਲਾਵਾ ਅਸੀਂ ਜੋ ਕੁਛ ਵੀ ਸਿੱਖਿਆ ਉਹ ਫਜ਼ੂਲ ਸਿੱਖ ਕੇ ਆਏ। ਅਸੀਂ ਆਪਣੀ ਜਿਹੜੀ ਦੀਨੀ ਤਲੀਮਾਤ ਆ ਮਸੀਤਾਂ 'ਚੋਂ ਸਿੱਖੀ ਆ, ਕੁਰਾਨ ਪਾਕ ਜਿੱਦਾਂ ਜਿਨ੍ਹਾਂ ਉਸਤਾਦਾਂ ਕੋਲ ਪੜ੍ਹਿਆ ਉਹਨਾਂ ਕੋਲ ਸਿੱਖੀ ਆ। ਸਾਨੂੰ ਸਕੂਲਾਂ 'ਚ ਇੱਦਾਂ ਦੀ ਕੋਈ ਦੀਨੀ ਤਲੀਮਾਤ ਨਹੀਂ ਦਿੱਤੀਆਂ ਗਈਆਂ ਜਿਹਦਾ ਸਿੱਖੀਏ ਵੀ ਸਾਨੂੰ ਫਾਇਦਾ ਹੋ ਰਿਹਾ। ਕਿਤੇ ਵੀ ਦੁਨੀਆ ਵਿੱਚ ਨਹੀਂ, ਤੁਸੀਂ ਜੋ ਸਕੂਲ ਤੋਂ ਜ਼ਿੰਦਗੀ ਸਿਖਾਉਂਦੀ ਹੈ ਨਾ ਜਿਹੜੇ, ਹਾਂ ਉਹਦੇ ਨਾਲ ਤਾਂ ਸਕੂਲ ਨਹੀਂ ਹੈਗਾ। ਹੈਲੋ, ਕੀ ਬਾਤ ਹੈ, ਗੱਲ ਹੀ ਮੁਕਾਤੀ ਬਾਈ। ਕਹਿੰਦਾ ਜਿਹੜੀ ਚੀਜ਼ ਤੁਹਾਨੂੰ ਜ਼ਿੰਦਗੀ ਵਾਲੇ ਸਕੂਲ ਨੇ ਸਿਖਾ ਦੇਣੀ ਹੈ ਨਾ, ਕੋਈ ਸਕੂਲ ਵੀ ਨਹੀਂ ਸਿਖਾਉਂਦਾ। ਆ ਜਾਓ ਅੰਬਾਂ ਵਾਲੇ ਪਲਾਟ ਦਾ ਜੀ ਜਿਹੜਾ ਮਾਰ ਲਈਏ। ਹਾਂਜੀ, ਜਿਹੜੀ ਅਕਲਾ ਬਦਾਮ ਖਾਣ ਨਾਲ ਨਹੀਂ, ਕਾਚਾ ਜੀ ਖਾਣ ਨਾਲ ਆਉਂਦੀ ਹੈ। ਠੀਕ ਠੀਕ ਹੈ, ਅਕਲਾ ਜਿਹੜੀ ਬਦਾਮ ਖਾਣ ਨਾਲ ਨਹੀਂ ਆਉਂਦੀ, ਉਹ ਧੱਕੇ ਖਾਣ ਨਾਲ ਆਉਂਦੀ ਹੈ। ਸੁਣ ਲਓ ਸ਼ਹਿਜ਼ਾਦਿਓ, ਇਹ ਬਾਈ ਇੱਧਰ ਸੁਣ ਨਿੱਕੀ ਬਾਈ, ਸਰਦਾਰ ਸਾਹਿਬ ਨੇ ਇੱਕ ਗੱਲ ਕਹੀ ਯਾਰ ਬੜੀ ਪਤੇ ਦੀ, ਅਕਲ ਹੈ ਨਾ ਜਿਹੜੀ ਧੱਕੇ ਖਾ ਕੇ, ਬਦਾਮ ਖਾਣ ਨਾਲ ਨਹੀਂ ਆਉਂਦੀ। ਲੋਕ ਕਹਿੰਦੇ ਬਦਾਮ ਖਾਣੇ ਦਿਮਾਗ 'ਚੋਂ ਤੇਜ਼ ਹੋ ਜਾਂਦਾ, ਉਹ ਕਹਿੰਦੇ ਨਹੀਂ ਨਹੀਂ, ਉਹ ਧੱਕੇ ਖਾਣ ਨਾਲ। ਗੱਲ ਵੱਧ ਗਈ ਆ, ਗੱਲ ਬੜੀ ਗੂੜੀ ਔਰ ਸੋਚਣ ਵਾਲੀ, ਗੱਲ ਲੱਖ ਰੁਪਏ ਦੀ, ਸ਼ੱਕ ਲੱਖ ਰੁਪਏ ਦੀ ਗੱਲ ਕਰ ਰਿਹਾ ਵੀ। ਪ੍ਰੈਕਟੀਕਲ ਤਜਰਬਾ ਕਰੋਗੇ, ਧੱਕੇ ਖਾਓਗੇ, ਪਤਾ ਲੱਗੇ ਹੱਥ ਸੜੇਗਾ ਤਾਂ ਫਿਰ ਪਤਾ ਲੱਗੇਗਾ ਰੋਟੀ ਕਿਵੇਂ ਪਕਣੀ। ਹਾਂ, ਰੋਟੀ ਨੂੰ ਗੱਲ ਸਜਾਇਦ ਯਾਦ ਆਈ ਮੇਰੀ ਬਿੱਲੇ ਕਿ, ਹਾਂ ਜਿਹੜੀ ਅੱਗ ਆ, ਜਦੋਂ ਅੱਗ ਮਚਾਉਣੇ ਬੜੇ ਔਖੇ ਹੋ ਕੇ ਮਚਾਉਣੇ ਸ਼ੁਰੂ ਕਰਦੇ ਨਾ, ਕਾਗਜ਼ ਲਾਉਣੇ ਕੁਛ ਲਾਉਣੇ ਆ, ਅੱਖਾਂ 'ਚੋਂ ਪਾਣੀ ਕਢਾ ਦਿੰਦੀ, ਪਾਣੀ ਕਢਾ ਦਿੰਦੀ। ਸਾਡੇ ਦਾਦੇ ਦਾ ਭਰਾ ਸੁਣਾ ਦਿੰਦਾ, ਉਹਦਾ ਜਦੋਂ ਰੋਟੀਆਂ ਪੱਕੀਆਂ ਚੁੱਲ੍ਹਾ ਭਰ ਜਾਂਦਾ ਨਾ ਅੱਗ ਦਾ, ਲੋੜ ਨਹੀਂ ਰਹਿੰਦੀ ਆਪਾਂ ਨੂੰ ਅੱਗ ਦੀ ਬਾਅਦ 'ਚ। ਉਹ ਕਹਿੰਦੇ ਅੱਗ ਬਣਦੀ ਹੈ ਰੋਟੀਆਂ ਪਕਾ ਕੇ, ਤੇ ਬੰਦਾ ਬਣਦਾ ਧੱਕੇ ਖਾ ਕੇ। ਸਾਰਾ ਤੋਂ ਵੱਡੀਆਂ ਗੱਲਾਂ ਕਰ ਜਾਣੀਆਂ ਸਾਨੂੰ ਤੇਰੀਆਂ ਗੱਲਾਂ ਦਾ ਬਾਈ ਜੀ, ਪੁੱਸ ਪੈ ਜਾਣਾ ਪੁੱਸ, ਇਹ ਹਾਈਲਾਈਟਸ ਲਾਉਣੇ ਪੈਣੇ ਆ। ਹਾਈਲਾਈਟਸ ਬਣਦੇ ਆ, ਕਰੋੜ ਕਰੋੜ ਰੁਪਏ ਦੀ ਗੱਲ ਕਰਤੀ ਬਾਈ ਨੇ, ਹਾਈਲਾਈਟਸ ਤਾਂ ਬਣਦੇ ਆ। ਇਹ ਜੀ ਆਪਾਂ ਅੰਬਾਂ ਵਾਲੇ ਪਲਾਟ 'ਚ ਸਿਰਫ ਚਸਕਾ ਮਸਕਾ ਆ ਜੀ, ਅੰਬਾਂ ਵਾਲੇ ਪਲਾਟ ਦਾ ਕੀਤਾ ਹੋਇਆ, ਨਵਾਂ ਅੰਬ ਲਾਇਆ ਉਹ ਵੀ ਚਸਕੇ ਤੇ, ਤੁਹਾਨੂੰ ਦਿਖਾਇਆ ਇੱਕ ਕਿੱਲਾ ਉੱਥੇ ਲੱਗਾ ਜਿਹੜਾ, ਇਹ ਸਿਰਫ ਅੰਬ ਲੱਗਾ 6 ਕਿੱਲੇ, 6 ਕਿੱਲੇ ਅੰਬ ਦੇ ਸਾਇਦ ਨੂੰ ਇਹਨੂੰ ਥੱਲੇ ਲਾ ਦਈਏ, ਇਹਦਾ ਬੇੜਾ ਗਰਕ ਹੋ ਜਾਊਗਾ।
ਇਹਦੀ ਜਗ੍ਹਾ ਤੇ ਉੱਪਰ ਇਹਦੇ ਕਿੰਨੂ ਦਾ ਬੂਟਾ ਹੁੰਦਾ ਨਾ ਇਹਦੇ ਵਾਸਤੇ ਨੁਕਸਾਨ ਸੀ ਇਹ ਪਰਿਵਾਰ ਇਹਦਾ ਨਾ ਇਹ ਪਰਿਵਾਰ ਆ ਹੈਪੀ ਰਹੂਗਾ ਸੰਭਾਲੇਗਾ ਇਹਨੂੰ ਇਹ ਕਹ ਲਓ ਉਹਦੀ ਅਗੋਸ਼ਟ ਚ ਬੈਠਾ ਵੱਡੇ ਬੂਟੇ ਦੀ ਅਗਰ ਇਹੀ ਆਪਾਂ ਲਾ ਦਈਏ ਕਿੰਨੂ ਦੇ ਬੂਟੇ ਥੱਲੇ ਉਹ ਤਬਾਹ ਹੋ ਜਾਊਗਾ ਕਿੰਨੂ ਦਾ ਬੂਟਾ ਨਾਲੇ ਅੰਬ ਵੀ ਖਰਾਬ ਹੋ ਜਾਊਗਾ ਤੇਰੀ ਕਰਨੀ ਹੈ ਫੋਨ ਬੜਾ ਮੇਰੇ ਕੋ ਆ ਵਲੌਗ ਬਣ ਰਿਹਾ ਤੁਹਾਡਾ ਬੜਾ ਬੈਸਟ ਅੱਛਾ ਸਾਡੇ ਕੋਲ ਮੇਰੇ ਵੀਰ ਦਾ ਵਲੌਗ ਬਣਦਾ ਠੀਕ ਹੈ ਠੀਕ ਹੈ ਫੋਟੋ ਵੀ ਲੈ ਲੈਣੀ ਇੱਥੋਂ ਕਲਿੱਕ ਹੋ ਜਾਣੀ ਇੱਥੋਂ ਹੀ ਮੈਂ ਲੈ ਦਿੰਦਾ ਫੋਟੋ ਇੱਥੋਂ ਨਾਲ ਹੀ ਕਲਿੱਕ ਕਰ ਨਹੀਂ ਤਾਂ ਸਟਾਪ ਕਰਕੇ ਵਲੌਗ ਤੂੰ ਦੁਬਾਰਾ ਇੱਥੋਂ ਫੋਟੋਆਂ ਲੈ ਪੋਰਟਰੇਟ ਤੇ ਆ ਮੇਰੇ ਵਾਲੇ ਚ ਲੈ ਲੈਣੀ ਤਾਂ ਨਹੀਂ ਇਹ ਚ ਹੀ